ਜੀ, ਜੇ ਅਸੀਂ ਪ੍ਰੀਵੇਲਿੰਗ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ੍ਹ ਦਾ ਜੋ ਮੈਕਸਿਮਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 19.6 ਡਿਗਰੀ ਸੈਂਟੀਗ੍ਰੇਡ ਸੀ। ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਜਿਹੜਾ ਨੋਰਮਲ ਤੋਂ 2 ਡਿਗਰੀ ਸੈਂਟੀਗ੍ਰੇਡ ਉੱਪਰ ਓਬਜ਼ਰਵ ਕੀਤਾ ਗਿਆ। ਪਰ ਜੇ ਅਸੀਂ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ 4.8 ਡਿਗਰੀ ਸੈਂਟੀਗ੍ਰੇਡ ਜਿਹੜਾ ਮਿਨੀਮਮ ਟੈਂਪਰੇਚਰ ਉਹ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 6.3 ਡਿਗਰੀ ਸੈਂਟੀਗ੍ਰੇਡ। ਸੋ ਇਹ ਲਗਭਗ 1.5 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਨੀਚੇ ਚੱਲ ਰਿਹਾ ਹੈਗਾ। ਸੋ ਅਸੀਂ ਦੇਖ ਸਕਦੇ ਹਾਂ ਕਿਉਂਕਿ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ, ਸੋ ਜਿਹੜਾ ਡੇ ਟਾਈਮ ਟੈਂਪਰੇਚਰ ਨੋਰਮਲ ਤੋਂ ਥੋੜ੍ਹਾ ਉੱਪਰ ਔਰ ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਨੀਚੇ ਚੱਲ ਰਿਹਾ। ਮੈਂ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਕਾਫੀ ਦੋ ਤੋਂ 3 ਡਿਗਰੀ ਦਾ ਟੈਂਪਰੇਚਰ ਹੋ ਗਿਆ ਸੀਗਾ, ਕਦੋਂ ਲੁਧਿਆਣੇ 'ਚ ਰਿਹਾ ਉਹ ਟੈਂਪਰੇਚਰ ਤੇ ਕਿਹੜਾ ਰਿਕਾਰਡ ਹੋ ਰਿਹਾ ਹੈ? ਅਸੀਂ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜਾ ਮਿਨੀਮਮ ਟੈਂਪਰੇਚਰ ਦੇ ਵਿੱਚ ਗਿਰਾਵਟ ਓਬਜ਼ਰਵ ਕੀਤੀ ਹੈ, ਕਿਉਂਕਿ ਪਿਛਲੇ ਦਿਨਾਂ ਵਿੱਚ ਟੈਂਪਰੇਚਰ ਥੋੜ੍ਹਾ ਉੱਪਰ ਚੱਲ ਰਿਹਾ ਸੀਗਾ, 6 ਡਿਗਰੀ 7 ਡਿਗਰੀ ਸੈਂਟੀਗ੍ਰੇਡ ਦੇ ਆਸ ਪਾਸ ਚੱਲ ਰਿਹਾ ਸੀਗਾ। ਬਟ ਹੁਣ ਜਿਹੜੇ 2-3 ਦਿਨਾਂ ਤੋਂ ਟੈਂਪਰੇਚਰ 5 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚੱਲ ਰਿਹਾ ਹੈਗਾ। ਔਰ ਬਟ ਜੇ ਅਸੀਂ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੀ ਵੈਦਰ ਦੇ ਵਿੱਚ ਵੇਰੀਏਬਿਲਿਟੀ ਕਾਫੀ ਹੈ। ਸੋ ਜੇ ਅਸੀਂ ਪਿਛਲੇ 1 ਦਹਾਕੇ ਦੇ ਟੈਂਪਰੇਚਰ ਦੇ ਰਿਕਾਰਡ ਦੇਖੀਏ, ਜਿਵੇਂ ਅੱਜ ਦਾ ਮਿਨੀਮਮ ਟੈਂਪਰੇਚਰ 4.8 ਡਿਗਰੀ ਸੈਂਟੀਗ੍ਰੇਡ ਹੈ, 2018 ਦੇ ਵਿੱਚ ਇਸੀ ਦਿਨ 3.2 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਓਬਜ਼ਰਵ ਕੀਤਾ ਗਿਆ ਸੀ, ਜਦੋਂ ਕਿ 2013 ਦੇ ਵਿੱਚ 10.4 ਡਿਗਰੀ ਸੈਂਟੀਗ੍ਰੇਡ ਜਿਹੜਾ ਟੈਂਪਰੇਚਰ ਓਬਜ਼ਰਵ ਕੀਤਾ ਗਿਆ ਸੀ। ਸੋ ਵੇਰੀਏਬਿਲਿਟੀ ਅਸੀਂ ਕਾਫੀ ਦੇਖ ਰਹੇ ਹਾਂ ਟੈਂਪਰੇਚਰ ਦੇ ਵਿੱਚ। ਇਸੇ ਤਰ੍ਹਾਂ ਜੇ ਮੈਕਸਿਮਮ ਟੈਂਪਰੇਚਰ ਦੇਖੀਏ, ਜਿਵੇਂ ਅੱਜ 21.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ 2014 ਦੇ ਵਿੱਚ ਮੈਕਸਿਮਮ ਟੈਂਪਰੇਚਰ 10 ਡਿਗਰੀ ਸੈਂਟੀਗ੍ਰੇਡ ਸੀ ਔਰ 2016 ਦੇ ਵਿੱਚ 22.5 ਡਿਗਰੀ ਸੈਂਟੀਗ੍ਰੇਡ ਸੀ। ਸੋ ਹਰ ਸਾਲ ਕਾਫੀ ਵੇਰੀਏਬਿਲਿਟੀ ਅਸੀਂ ਟੈਂਪਰੇਚਰ ਦੇ ਵਿੱਚ ਜਿਹੜੀ ਓਬਜ਼ਰਵ ਕਰ ਰਹੇ ਹਾਂ। ਵੇਰੀਏਬਿਲਿਟੀ ਦਾ ਮੇਨ ਰੀਜ਼ਨ ਤਾਂ ਇਹੀ ਹੈ ਜੀ ਕਿ ਜਿਹੜਾ ਪੋਲਿਊਸ਼ਨ ਹੋ ਰਿਹਾ, ਐਮਿਸ਼ਨਸ ਹੋ ਰਹੀਆਂ ਨੇ, ਸੋ ਉਹਦੇ ਨਾਲ ਗਲੋਬਲ ਵਾਰਮਿੰਗ ਹੋ ਰਹੀ ਹੈ, ਕਲਾਈਮੇਟ ਚੇਂਜ ਹੋ ਰਿਹਾ, ਉਹਦੇ ਨਾਲ ਐਕਸਟ੍ਰੀਮ ਜਿਹੜੀਆਂ ਵੈਦਰ ਇਵੈਂਟਸ ਨੇ, ਚਾਹੇ ਉਹ ਕੋਲਡ ਵੇਵਸ ਨੇ, ਹੀਟ ਵੇਵਸ ਨੇ ਜਾਂ ਡਰਾਊਟਸ ਜਾਂ ਫਲੱਡਸ, ਉਹ ਸਾਰੀਆਂ ਜਿਹੜੀਆਂ ਐਕਸਟ੍ਰੀਮ ਇਵੈਂਟਸ ਉਹ ਜ਼ਿਆਦਾ ਹੋ ਰਹੀਆਂ ਨੇ। ਸੋ ਇਹਨੂੰ ਵੀ ਅਸੀਂ ਕਿਤੇ ਨਾ ਕਿਤੇ ਉਹਦੇ ਨਾਲ ਹੀ ਜਿਹੜੀ ਵੇਰੀਏਬਿਲਿਟੀ ਨੂੰ ਜੋੜ ਸਕਦੇ ਹਾਂ। ਜੀ, ਕਿਉਂਕਿ ਅਸੀਂ ਹੁਣ ਦੇਖਿਆ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ 5 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚਲਾ ਗਿਆ ਹੈਗਾ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦੇ ਕਾਫੀ ਚਾਂਸਿਸ ਨੇ। ਔਰ ਇਹਦੇ ਲਈ IMD ਵੱਲੋਂ ਵੀ ਕਾਫੀ ਹਿੱਸਿਆਂ ਦੇ ਵਿੱਚ ਔਰੇਂਜ ਅਲਰਟ ਵੀ ਆਉਣ ਵਾਲੇ 2-3 ਦਿਨਾਂ ਲਈ ਡੈਂਸ ਫੋਗ ਵਾਸਤੇ ਜਾਰੀ ਕੀਤਾ ਗਿਆ। ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ, ਜੇ ਕਿਸੇ ਦੇ ਕੋਈ ਟਰੈਵਲ ਪਲਾਨਸ ਨੇ ਤਾਂ ਉਹਨਾਂ ਨੂੰ ਸਫ਼ਰ ਬੜੇ ਧਿਆਨ ਨਾਲ ਕਰਨਾ ਚਾਹੀਦਾ, ਤਾਂ ਹੀ ਕਰਨਾ ਚਾਹੀਦਾ ਜੇ ਉਹ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਸਫ਼ਰ ਵੀ ਇਹਨਾਂ ਦਿਨਾਂ ਦੇ ਵਿੱਚ ਅਵੋਇਡ ਕਰਨਾ ਚਾਹੀਦਾ। ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਜੀ, ਅੱਜ ਔਰ ਕੱਲ੍ਹ ਕਿਤੇ ਕਿਤੇ ਕੋਈ ਹਲਕੀ ਬੱਦਲਵਾਈ ਜ਼ਰੂਰ ਹੋ ਸਕਦੀ ਹੈ, ਬਟ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ। ਜਿਹੜੀ ਆਉਣ ਵਾਲੇ ਦਿਨਾਂ ਦੀ ਪ੍ਰੋਡਿਕਸ਼ਨ ਹੈ ਉਹ ਸੰਘਣੀ ਧੁੰਦ ਦੀ ਹੀ ਹੈ। ਕਣਕ ਦੀ ਫਸਲ ਦੇ ਲਈ ਕਿਉਂਕਿ ਜਿਹੜਾ ਲੋਅ ਟੈਂਪਰੇਚਰ ਉਹਦੇ ਲਈ ਫੇਵਰੇਬਲ ਹੀ ਹੁੰਦਾ, ਔਰ ਜੇ ਅਸੀਂ ਫੋਗ ਦੀ ਵੀ ਗੱਲ ਕਰੀਏ ਤਾਂ ਫੋਗ ਦੇ ਨਾਲ ਵੀ ਫਸਲਾਂ ਨੂੰ ਥੋੜ੍ਹਾ ਬਹੁਤਾ ਮੋਇਸਚਰ ਮਿਲਦਾ ਔਰ ਫੋਗ ਦੀ ਵੀ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਬਟ ਜੇ ਟੈਂਪਰੇਚਰ ਹੋਰ ਇਹਦੇ ਤੋਂ ਨੀਚੇ ਜਾਂਦਾ, ਕਿਉਂਕਿ ਜੇ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਮਿਨੀਮਮ ਟੈਂਪਰੇਚਰ ਹੋ ਜਾਂਦਾ, ਲਗਭਗ 3 ਡਿਗਰੀ ਦੇ ਅਰਾਊਂਡ ਹੋ ਜਾਂਦਾ, ਤਾਂ ਫਿਰ ਫਰੋਸਟ ਦੀ ਜ਼ਰੂਰ ਚਾਂਸਿਸ ਹੁੰਦੇ ਨੇ। ਸੋ ਉਹਨਾਂ ਕੰਡੀਸ਼ਨਸ ਦੇ ਵਿੱਚ ਫਸਲਾਂ ਦਾ ਧਿਆਨ ਰੱਖਣ ਦੀ ਬਹੁਤ ਲੋੜ ਹੁੰਦੀ ਹੈ। ਜੀ, ਔਰੇਂਜ ਅਲਰਟ ਲਗਭਗ ਪੰਜਾਬ ਦੇ ਸਾਰੇ ਹਿੱਸਿਆਂ ਵਿੱਚ ਜਾਰੀ ਕੀਤਾ ਗਿਆ, ਮਾਝਾ, ਦੁਆਬਾ ਔਰ ਈਸਟਰਨ ਮਾਲਵਾ ਜੋ ਰੀਜਨ ਹੈ ਸਪੈਸ਼ਲੀ ਉਹਨਾਂ ਦੇ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ।
24 ਤਰੀਕ ਲਈ ਔਰੇਂਜ 24 ਤਰੀਕ ਤੱਕ ਜਾਰੀ ਕੀਤਾ ਗਿਆ ਹੈ IMD ਵੱਲੋਂ, ਔਰ 25 ਨੂੰ ਸਾਰੇ ਪੰਜਾਬ ਵਿੱਚ ਯੈਲੋ ਅਲਰਟ ਹੈ। ਮੈਮ ਦੇਖਿਆ ਕਿ ਜ਼ਿਆਦਾਤਰ ਆਪਾਂ ਦੇਖਿਆ ਵੀ ਸਵੇਰ ਦੇ ਟਾਈਮ ਹੀ ਧੁੰਦ ਦੇਖਣ ਨੂੰ ਮਿਲਦੀ ਹੈ, ਫਿਲਹਾਲ ਸ਼ਾਮ ਨੂੰ ਜਾਂ ਰਾਤ ਨੂੰ ਬਹੁਤ ਧੁੰਦ ਦਾ ਅਸਰ ਘੱਟ ਜਾਂਦਾ ਹੈ, ਤਾਂ ਧੁੱਪ ਵੀ ਨਿਕਲਦੀ ਹੈ। ਤੁਸੀਂ ਦੇਖਦੇ ਕਿ ਦਿਨ ਦੇ ਵਿੱਚ ਜਿਹੜਾ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਧੁੰਦ ਦਾ ਜ਼ਿਆਦਾ ਅਸਰ ਪੈਂਦਾ ਹੈ ਇਸ ਵਿੱਚ? ਬਿਲਕੁਲ ਜੀ, ਕਿਉਂਕਿ ਜਦੋਂ ਸਕਾਈ ਕੰਡੀਸ਼ਨ ਕਲੀਅਰ ਹੁੰਦੀਆਂ ਨੇ ਉਦੋਂ ਹੀ ਧੁੰਦ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ, ਜਦੋਂ ਡੇ ਟਾਈਮ ਸਕਾਈ ਕੰਡੀਸ਼ਨ ਕਲੀਅਰ ਨੇ ਤਾਂ ਉਦੋਂ ਫਿਰ ਧੁੱਪ ਪ੍ਰੋਪਰ ਹੁੰਦੀ ਹੈ, ਡੇ ਟਾਈਮ ਟੈਂਪਰੇਚਰ ਥੋੜ੍ਹਾ ਜਿਹਾ ਵੱਧ ਜਾਂਦਾ, ਔਰ ਨਾਈਟ ਟਾਈਮ ਕੂਲਿੰਗ ਜ਼ਿਆਦਾ ਹੁੰਦੀ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕਲਾਉਡੀ ਕੰਡੀਸ਼ਨ ਹੁੰਦੀਆਂ ਨੇ ਤਾਂ ਧੁੰਦ ਨਹੀਂ ਹੁੰਦੀ, ਕਿਉਂਕਿ ਹੁਣ ਕਲੀਅਰ ਕੰਡੀਸ਼ਨ ਬਣੀਆਂ ਹੋਈਆਂ ਨੇ, ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਫਾਲ ਅਸੀਂ ਓਬਜ਼ਰਵ ਕਰ ਰਹੇ ਹਾਂ, ਸੋ ਉਹਦੇ ਕਰਕੇ ਜਿਹੜਾ ਅਰਲੀ ਮਾਰਨਿੰਗ ਆਵਰਸ ਦੇ ਵਿੱਚ ਧੁੰਦ ਦੀ ਜ਼ਿਆਦਾ ਡਿਵੈਲਪ।